ਅਟਾਰੀ ਵਾਹਗਾ ਸਰਹੱਦ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਭਾਰਤ ਪਾਕਿਸਤਾਨ ਨੂੰ ਵੰਡਣ ਵਾਲੀ ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ ਦੇ ਉੱਤੇ ਹਰ ਰੋਜ਼ ਹਜ਼ਾਰਾਂ ਲੋਕ ਰਿਟਰੀਟ ਸਮਾਰੋਹ ਦੇਖਣ ਦੇ ਲਈ ਪਹੁੰਚਦੇ ਨੇ। ਇਸ ਰਿਟਰੀਟ ਸਮਾਰੋਹ ਨੂੰ ਲੈ ਕੇ ਅਹਿਮ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਦੇ ਮੁਤਾਬਕ ਹੁਣ ਮੌਸਮ ਦੇ ਵਿੱਚ ਆਏ ਬਦਲਾਅ ਦੇ ਚੱਲਦਿਆਂ ਰਿਟਰੀਟ ਸੈਰਮਨੀ ਜਿਹੜੀ ਹੈ ਉਹਦੇ ਸਮੇਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ। ਦੱਸ ਦਈਏ ਕਿ ਪਹਿਲਾਂ ਰਿਟਰੀਟ ਸੈਰਮਨੀ ਜਿਹੜੀ ਹੈ ਉਹ ਸ਼ਾਮ ਨੂੰ 5:30 ਤੇ ਕੀਤੀ ਜਾਂਦੀ ਸੀ, ਜਿਸ ਦੇ ਵਿੱਚ ਹੁਣ ਤਬਦੀਲੀ ਕੀਤੀ ਗਈ ਹੈ। ਦੱਸ ਦਈਏ ਕਿ ਪਹਿਲਾਂ ਰਿਟਰਿੰਗ ਸਮਾਰੋਹ ਦਾ ਸਮਾਂ 5:30 ਦਾ ਸੀ ਤੇ ਹੁਣ ਤਬਦੀਲ ਕਰਕੇ 6 ਤੱਕ ਦਾ ਕਰ ਦਿੱਤਾ ਗਿਆ ਹੈ। ਪੂਰੇ ਦੇਸ਼ ਦੇ ਵਿੱਚ ਰੋਜ਼ਾਨਾ ਹਜ਼ਾਰਾਂ ਸੈਲਾਨੀ ਵਾਹਗਾ ਸਰਹੱਦ ਦੇ ਉੱਤੇ ਰਿਟਰੀਟ ਸੈਰਮਨੀ ਵੇਖਣ ਦੇ ਲਈ ਪਹੁੰਚਦੇ ਨੇ। ਤੇ ਦੱਸ ਦਈਏ ਕਿ ਰਿਟਰਿੰਗ ਸੈਰਮਨੀ ਦਾ ਜਿਹੜਾ ਸਮਾਂ ਹੈ ਹੁਣ 6 ਤੱਕ ਕਰ ਦਿੱਤਾ ਗਿਆ ਹੈ। ਭਾਰਤ ਪਾਕਿਸਤਾਨ ਨੂੰ ਵੰਡਣ ਵਾਲੀ ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ ਦੇ ਉੱਤੇ ਹਰ ਰੋਜ਼ ਹੀ ਹਜ਼ਾਰਾਂ ਲੋਕ ਰਿਟਰਿੰਗ ਸੈਰਮਨੀ ਦੇਖਣ ਦੇ ਵਾਸਤੇ ਆਉਂਦੇ ਨੇ ਅਤੇ ਇਸ ਰਿਟਰਿੰਗ ਸਮਾਰੋਹ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਤਾਂ ਦੱਸ ਦਈਏ ਕਿ ਮੌਸਮ ਦੇ ਬਦਲਾਅ ਦੇ ਚੱਲਦਿਆਂ ਇਹ ਫੈਸਲਾ ਲਿੱਤਾ ਗਿਆ ਹੈ। 5:30 ਦੀ ਬਜਾਏ ਹੁਣ 6 ਤੱਕ ਰਿਟਰਿੰਗ ਸਮਾਰੋਹ ਜਿਹੜਾ ਹੁੰਦਾ ਨਜ਼ਰ ਆਇਆ ਕਰੇਗਾ।